ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੂਸ ਵਿਕਰੇਤਾ ਨਾਲ ਮਿਲਾਉਣ ਲੈ ਕੇ ਜਾ ਰਹੇ ਹਾਂ ਜੋ ਕਰੀਬ 22 ਪ੍ਰਕਾਰ ਦੀ ਸਬਜ਼ੀਆਂ ਨਾਲ ਜੂਸ ਤਿਆਰ ਕਰਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਜੂਸ ਮਨੁੱਖੀ ਸਿਹਤ ਲਈ ਲਾਹੇਵੰਦ ਸਾਬਿਤ ਹੁੰਦਾ ਹੈ। ਜੂਸ ਹੈਲਥ ਲਈ ਬਹੁਤ ਅੱਛੀ ਚੀਜ਼ ਮੰਨੀ ਜਾਂਦੀ ਹੈ। ਇੱਕ ਇਹ ਲੜਕਾ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੂਸ ਬਣਾ ਰਿਹਾ, ਇਸ ਵੇਲੇ 4 ਵਜੇ ਬੈਠ ਜਾਂਦਾ ਹੈ। ਪਠਾਨਕੋਟ ਦੀ ਜਨਤਾ ਡੇਲੀ ਅਵੇਅਰਨੈਸ ਵੱਧ ਰਹੀ ਹੈ ਹੈਲਦੀ ਡਾਇਟ ਲਈ, ਉਹਦੇ ਲਈ 4 ਵਜੇ ਸਵੇਰੇ ਬੈਠ ਜਾਂਦਾ ਆ ਕੇ ਅਤੇ ਜੂਸ ਬੜੀ ਅੱਛੀ ਕੁਆਲਿਟੀ ਦਾ, ਇਕੱਲੀ ਗਾਜਰ ਨਹੀਂ ਹੋਰ ਬੜੀ ਆਈਟਮਾਂ ਵਿੱਚ ਜੂਸ ਕਰਕੇ ਦਿੰਦਾ ਅਤੇ ਅਸੀਂ ਤਾਂ ਡੇਲੀ ਸਵੇਰੇ ਸ਼ਾਮ ਪੀਣ ਵਾਲੇ ਹਾਂ। ਜਿਹੜੇ ਸਤਿ ਸ਼੍ਰੀ ਅਕਾਲ ਜੀ, ਨਾਮ ਮੇਰਾ ਰੋਕੀ ਹੈ ਜੀ ਅਤੇ 23 ਸਾਲ ਤੋਂ ਮੈਂ ਕੰਮ ਕਰਦਾ ਆ ਰਿਹਾ। ਦਿੱਲੀ ਗਿਆ ਸੀ ਮੈਂ, ਉੱਥੇ ਕੰਮ ਦੇਖਿਆ ਜੀ ਇੱਦਾਂ ਦਾ ਅਤੇ ਮੈਨੂੰ ਹੋ ਗਏ ਹੁਣ 19 ਸਾਲ ਕੰਮ ਕਰਦੇ ਤਾਂ ਹਰ ਤਰ੍ਹਾਂ ਦੀ ਸਬਜ਼ੀਆਂ ਦਾ ਜੂਸ ਬਣਾਈਦਾ ਅਤੇ ਜਿੱਦਾਂ ਅੱਜ ਕੱਲ੍ਹ ਚੱਲੇਦਾ ਸ਼ੂਗਰ ਹੋ ਜਾਂਦੀ ਆ ਉਹ ਵੀ ਜੂਸ ਬਣਾਈਦਾ, ਗਾਜਰ ਵੈਜੀਟੇਬਲ ਜੂਸ ਵੀ ਬਣਾਈਦਾ, ਹਰ ਤਰ੍ਹਾਂ ਦੇ ਦੂਰ ਦੂਰ ਤੋਂ ਉੱਥੇ ਜੂਸ ਪੀਣ ਆਉਂਦੇ ਆ ਅਤੇ ਹਰ ਵਧੀਆ ਬਾਲ ਬਣਾ ਕੇ ਦੇਈਦਾ ਜੂਸ। ਧਨੀਆ ਆ ਜਾਂਦਾ, ਪੂਤਨਾ ਆ ਜਾਂਦਾ, ਪਾਲਕ ਆ ਜਾਂਦਾ, ਚਕੰਦਰ, ਆਮਲਾ, ਨਿੰਬੂ ਆ ਜਾਂਦਾ, ਬਹੁਤ ਵਰਾਇਟੀਆਂ ਦਾ ਜੂਸ ਹੁੰਦਾ ਜੀ। ਮਿਰਚ ਦਾ ਜੂਸ ਹੀ ਬਣਾਈਦਾ ਜੀ, ਉਹ 'ਚ ਟੇਸਟ ਵਾਸਤੇ ਬਹੁਤ ਵਧੀਆ ਜੂਸ ਹੋ ਜਾਂਦਾ ਜੀ। 22 ਤਰ੍ਹਾਂ ਦਾ ਜੂਸ ਹੋ ਜਾਂਦਾ, ਜਿਹੜੀ ਸਮਾਨ ਪਾਈਦਾ ਵਿੱਚ ਕੋਈ ਰੰਗ ਰੁੰਗ ਨਹੀਂ ਪਾਈਦਾ, ਕੋਈ ਮਿੱਠਾ ਨਹੀਂ ਪਾਈਦਾ, ਬਸ ਸਿੰਪਲ ਜੂਸ ਬਣਾ ਕੇ ਦੇਈਦਾ, ਸਿਹਤ ਲਈ ਬਹੁਤ ਵਧੀਆ ਫਾਇਦਾ ਜੀ। ਅਤੇ ਹਰ ਪ੍ਰਕਾਰ ਦਾ ਜੂਸ ਮਿਲਦਾ ਇੱਥੇ ਅਤੇ ਲੋਕ ਦੂਰ ਦੂਰ ਤੋਂ ਪੀਣ ਆਉਂਦੇ ਆ ਜੂਸ, ਅਤੇ ਹਰ ਚੀਜ਼ ਦਾ, ਸ਼ਿਮਲਾ ਮਿਰਚ ਹੋ ਗਈ, ਬਰੋਕਲੀ ਹੋ ਗਈ, ਆਪਣੇ ਟਮਾਟਰ ਹੋ ਗਿਆ, ਅਦਰਕ ਹੋ ਗਿਆ, ਲਸਣ ਹੋ ਗਿਆ ਅਤੇ ਹੋਰ ਵੀ ਜਿੱਦਾਂ ਲਗਾ ਲਓ ਤੁਸੀਂ ਪੁਦੀਨਾ ਵਗੈਰਾ ਕੇ ਜੂਸ, ਗਾਜਰ ਦਾ ਜੂਸ ਵੀ ਮਿਲਦਾ। ਅਸੀਂ ਤਾਂ ਇਹ ਕਿ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਮਾੜੀਆਂ ਚੀਜ਼ਾਂ ਛੱਡੋ ਅਤੇ ਜੂਸ ਵੱਲ ਧਿਆਨ ਜ਼ਿਆਦਾ ਦਿਓ। ਤਾਂ ਤੁਸੀਂ ਦੇਖਿਆ ਕਿਵੇਂ ਇਹ ਜੂਸ ਵਿਕਰੇਤਾ ਵੱਖ ਵੱਖ ਸਬਜ਼ੀਆਂ ਤੋਂ ਜੂਸ ਤਿਆਰ ਕਰਦਾ ਹੈ ਅਤੇ ਇਸ ਜੂਸ ਨੂੰ ਪੀਣ ਦੇ ਲਈ ਦੂਰ ਦੂਰ ਤੋਂ ਲੋਕ ਆਉਂਦੇ ਨੇ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।